ਇਹ ਤਸਵੀਰਾਂ ਸਾਹਮਣੇ ਆਈਆਂ ਨੇ ITBP ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸੋਨੇ ਦੀ ਬਰਾਮਦਗੀ ਹੋਈ ਹੈ। ਤਸਕਰੀ ਕਰ ਰਹੇ ਖੱਚਰ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। 108 ਕਿਲੋ ਸੋਨਾ ਬਰਾਮਦ ਹੋਇਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਭਾਰਤ ਚਾਈਨਾ ਬਾਰਡਰ ਤੇ ਇੱਕ ਖੱਚਰ ਤੇ ਤਸਕਰੀ ਕਰ ਰਹੇ ਸੀ। ਦੋ ਵਿਅਕਤੀ ਲਦਾਖ ਦੇ ਦੱਸੇ ਜਾ ਰਹੇ ਨੇ ਰਹਿਣ ਵਾਲੇ, ਔਰ ਪੁਲਿਸ ਨੂੰ ਸੂਹ ਮਿਲੀ ਸੀ, ITBP ਫੋਰਸ ਨੂੰ ਸੂਹ ਮਿਲੀ ਸੀ ਕਿ ਇਸ ਥਾਂ 'ਤੇ ਦੋ ਵਿਅਕਤੀਆਂ ਵੱਲੋਂ ਤਸਕਰੀ ਕੀਤੀ ਜਾ ਰਹੀ ਹੈ, ਇਸ ਥਾਂ ਤੋਂ ਲੰਘਣਗੇ। ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕੀਤੀ, ਟਰੈਪ ਲਗਾਇਆ ਉਹਨਾਂ ਦੋਹਾਂ ਦਾ ਜੋ ਖੱਚਰ 'ਤੇ ਜਾ ਰਹੇ ਸੀ, ਜਿਸ ਤੋਂ ਬਾਅਦ ਦੋਹਾਂ ਨੂੰ ਰੋਕਿਆ ਗਿਆ। ਖੱਚਰ ਦੇ ਸਮਾਨ ਜਿਹੜਾ ਸੀਗਾ ਉਹਨਾਂ ਦਾ, ਉਹ ਪਹਿਲਾਂ ਤਾਂ ਉਹ ਭੱਜ ਜਾਂਦੇ ਨੇ ਮੌਕੇ ਤੋਂ, ਅਫਸਰ ਦੇ ਦੱਸਣ ਮੁਤਾਬਕ ਜਦੋਂ ਉੱਥੋਂ ਭੱਜੇ ਤਾਂ ਕੁਝ ਹੀ ਦੇਰ ਅੱਗੇ ਜਾ ਕੇ, ਉਹਨਾਂ ਦੂਰੀ ਜਾ ਕੇ ਅੱਗੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਤੋਂ ਬਾਅਦ ਇਹ ਸੋਨਾ ਬਰਾਮਦ ਹੋਇਆ। ITBP ਦੇ ਅਫਸਰ ਮੁਤਾਬਕ ITBP ਦੇ ਇਤਿਹਾਸ 'ਚ ਪਹਿਲੀ ਵਾਰ ਇੰਨੀ ਵੱਡੀ ਬਰਾਮਦਗੀ ਹੋਈ ਹੈ ਸੋਨੇ ਦੀ। ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਭਾਰਤ ਚਾਈਨਾ ਬਾਰਡਰ ਤੋਂ ਲਾਈਵ ਦਿਖਾ ਰਹੇ ਹਾਂ, ਜਿੱਥੇ ਇਹ ਸੋਨਾ ਬਰਾਮਦ ਹੋਇਆ। 108 ਕਿਲੋ ਸੋਨਾ ਇਹ ਬਰਾਮਦ ਹੋਇਆ ਹੈ, ਜਿਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ 'ਤੇ ਦਿਖਾ ਰਹੇ ਹਾਂ। ਔਰ ਗਰਮੀਆਂ ਦੇ ਸੀਜ਼ਨ ਦੇ ਵਿੱਚ, ਗਰਮੀਆਂ ਦੇ ਸੀਜ਼ਨ 'ਚ ITBP ਦੇ ਅਫਸਰ ਮੁਤਾਬਕ ਤਸਕਰੀ ਬਹੁਤ ਜ਼ਿਆਦਾ ਕੇਸ ਜਿਹੜੇ ਵੱਧ ਜਾਂਦੇ ਨੇ, ਜਿਸ ਤੋਂ ਬਾਅਦ ਜਿਹੜੀ ਗਸ਼ਤ ਵੀ ਵਧਾਈ ਜਾਂਦੀ ਹੈ ਮੌਕੇ 'ਤੇ ਕਿ ਕਿਸੇ ਨੂੰ ਇੱਧਰ ਉੱਧਰ ਨਾ ਆਉਣ ਜਾਣ ਦਿੱਤਾ ਜਾਵੇ, ਔਰ ਹਰ ਇੱਕ ਵਿਅਕਤੀ ਦੀ ਉੱਥੇ ਚੈਕਿੰਗ ਕੀਤੀ ਜਾਂਦੀ ਹੈ, ਜਾਂਚ ਕੀਤੀ ਜਾਂਦੀ ਹੈ। ਤਾਂ ਕਈਆਂ ਦੇ ਕੋਲੋਂ ਛੋਟੀ ਮੋਟੀ ਬਰਾਮਦਗੀ ਹੁੰਦੀ ਹੈ ਸੋਨੇ ਦੀ, ਕੋਈ ਇੱਕ ਬਿਸਕੁਟ ਲੈ ਕੇ ਜਾ ਰਿਹਾ ਹੁੰਦਾ, ਕੋਈ ਗ੍ਰਾਮ ਸੋਨਾ ਲੈ ਕੇ ਜਾ ਰਿਹਾ ਹੁੰਦਾ। ਪਰ ਇੱਥੇ ਜਿਸ ਤਰੀਕੇ ਦੀ 108 ਕਿਲੋ ਦੀ ਸੋਨੇ ਦੀ ਬਰਾਮਦਗੀ ਹੋਈ ਹੈ, ਇਹ ITBP ਦੇ ਇਤਿਹਾਸ ਦੀ ਵੱਡੀ ਬਰਾਮਦਗੀ ਔਰ ਵੱਡੀ ਕਾਮਯਾਬੀ ਵੀ ਹੈ। ਔਰ ਇਸ ਦੇ ਨਾਲ ਹੋਰ ਜਿਹੜੇ ਤਸਕਰ ਨੇ, ਸਮਗਲਰ ਨੇ, ਉਹਨਾਂ ਦਾ ਪਰਦਾਫਾਸ਼ ਵੀ ਹੋਵੇਗਾ, ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ। ਤੁਸੀਂ ਦੇਖੋ, ਜਿਹੜੇ ਵਿਅਕਤੀ 108 ਕਿਲੋ ਸੋਨੇ ਨੂੰ ਦੀ ਤਸਕਰੀ ਕਰ ਰਹੇ ਸੀ, ਉਹ ਕਿੰਨੇ ਵੱਡੇ ਗਰੋਹ ਦੇ ਨਾਲ ਜੁੜੇ ਹੋਣਗੇ, ਉਹਨਾਂ ਤੋਂ ਕਿਸ ਤਰੀਕੇ ਦੇ ਨਾਲ ਹੋਰ ਗੈਂਗ ਦਾ ਪਤਾ ਲੱਗੇਗਾ ITBP ਫੋਰਸ ਨੂੰ, ਉਹਨਾਂ ਦੇ ਰਾਹਾਂ ਦਾ ਪਤਾ ਲੱਗੇਗਾ, ਥਾਵਾਂ ਦਾ ਪਤਾ ਲੱਗੇਗਾ, ਫਿਰ ਹੋਵੇਗਾ ਪਰਦਾਫਾਸ਼, ਫਿਰ ਹੋਵੇਗਾ ਇਹਨਾਂ ਤਸਕਰਾਂ ਦਾ ਪਰਦਾਫਾਸ਼, ਇਹਨਾਂ ਸਮਗਲਰਾਂ ਦਾ ਪਰਦਾਫਾਸ਼, ਇਹਨਾਂ ਨੂੰ ਫੜ ਕੇ ਅੰਦਰ ਦੇਣ ਦਾ ਕੰਮ ਜ਼ੋਰਾਂ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ। ਤਾਂ ਹੁਣ ਉਹਨਾਂ ਦੋ ਵਿਅਕਤੀਆਂ ਨੂੰ ਜੋ ਗ੍ਰਿਫਤਾਰ ਕੀਤਾ ਗਿਆ, ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ, ਔਰ ਪੁੱਛਗਿੱਛ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਕਿਸ ਤਰੀਕੇ ਨਾਲ ਸੋਨੇ ਦੀ ਸਮਗਲਿੰਗ ਕਰਦੇ ਸੀ। ਲਾਈਵ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ 'ਤੇ ਦਿਖਾ ਰਹੇ ਹਾਂ, ਔਰ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੋਨੇ ਦੇ ਚਮਚਮਾਉਂਦੇ ਇਹ ਬਿਸਕੁਟ ਤਰੀਕੇ ਵਾਲਾ ਸੋਨਾ ਜਿਹੜਾ, ਔਰ 108 ਕਿਲੋ ਸੋਨਾ ਇਹ ਬਰਾਮਦ ਹੋਇਆ, ਔਰ ਇਸ ਦੇ ਨਾਲ ਇਸ ਗਰੋਹ ਦਾ ਵੀ ਪਰਦਾਫਾਸ਼ ਹੋਇਆ। ਤਾਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਲੱਦਾਖ ਦੇ ਵਿਅਕਤੀ ਰਹਿਣ ਵਾਲੇ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਔਰ ITBP ਫੋਰਸ ਨੇ ਜਿਹੜੀ ਚੌਕਸੀ ਹੋਰ ਵਧਾ ਦਿੱਤੀ ਹੈ, ਜਿਸ ਕਰਕੇ ਹੁਣ ਹੋਰ ਜਿਹੜੇ ਤਸਕਰੀ ਕਰ ਰਹੇ ਨੇ ਗਰਮੀਆਂ ਦੇ ਮੌਸਮ ਦੇ ਵਿੱਚ, ਕਿਉਂਕਿ ਬਰਫ਼ ਨਹੀਂ ਹੁੰਦੀ ਇਹਨਾਂ ਦਿਨਾਂ ਦੇ ਵਿੱਚ, ਹੁੰਦੀ ਹੈ ਪਰ ਉਸ ਥਾਂ ਦੇ ਜਿਹੜੇ ਤਸਕਰ ਨੇ ਉਹਨਾਂ ਨੂੰ ਰਾਹ ਥਾਂ ਦਾ ਪਤਾ ਲੱਗ ਜਾਂਦਾ ਲੰਘਣ ਦਾ, ਜਿਸ ਕਰਕੇ ਤਸਕਰੀ ਵਧਾ ਦਿੱਤੀ ਜਾਂਦੀ ਹੈ। ਤਾਂ ਹੁਣ ਇਹਨਾਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ 'ਤੇ ਲਾਈਵ ਦਿਖਾ ਰਹੇ ਹਾਂ।